ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਖਾਸ ਖਬਰਾਂ ਦੇ ਟੌਪ ਨਿਊਜ਼ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ ਦੀਆਂ ਖਬਰਾਂ ਦੇ ਵਿੱਚ ਤੁਹਾਨੂੰ ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਦੱਸਾਂਗੇ ਸਭ ਤੋਂ ਪਹਿਲਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਫੁੱਲ ਫਲੇਸ਼ਡ ਬਜਟ ਪੇਸ਼ ਕੀਤਾ ਗਿਆ ਹੈ ਉਸ ਦੀ ਗੱਲ ਕਰਦੇ ਹਾਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚਿਮਾ ਨੇ ਸਾਲ 2023-24 ਦੇ ਲਈ ਆਪਣਾ ਬਜਟ ਪੇਸ਼ ਕੀਤਾ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਪਹਿਲਾ ਫੁੱਲ ਬਜਟ ਹੈ ਇਸ ਦਾ ਮਤਲਬ ਹੁੰਦਾ ਹੈ ਕਿ ਇਹ ਪੂਰੇ 1 ਸਾਲ ਦੇ ਲਈ ਪੇਸ਼ ਕੀਤਾ ਗਿਆ ਬਜਟ ਹੈ ਇਸ ਤੋਂ ਪਹਿਲਾਂ ਵਾਲਾ ਸਿਰਫ 9 ਮਹੀਨੇ ਦੇ ਲਈ ਪੇਸ਼ ਕੀਤਾ ਗਿਆ ਸੀ ਖਜ਼ਾਨਾ ਮੰਤਰੀ ਹਰਪਾਲ ਸਿੰਘ ਚਿਮਾ ਨੇ 196462 ਰੁਪਏ ਦਾ ਬਜਟ ਪੇਸ਼ ਕੀਤਾ ਹੈ ਪਿਛਲੇ ਸਾਲ ਦੇ ਮੁਕਾਬਲੇ 26 ਫੀਸਦੀ ਵਾਧਾ ਹੈ 2022-23 ਦੇ ਵਿੱਚ 155860 ਕਰੋੜ ਦਾ ਬਜਟ ਪੇਸ਼ ਕੀਤਾ ਗਿਆ ਸੀ ਇਸ ਵਾਰ ਵੀ ਸਰਕਾਰ ਨੇ ਬਜਟ ਦੇ ਵਿੱਚ ਸਭ ਤੋਂ ਵੱਧ ਫੋਕਸ ਸਿੱਖਿਆ ਅਤੇ ਸਿਹਤ ਖੇਤਰ ਤੇ ਦਿੱਤਾ ਹੈ ਸਕੂਲੀ ਸਿੱਖਿਆ ਦੇ ਵਿੱਚ 12 ਫੀਸਦੀ ਦਾ ਵਾਧਾ ਕੀਤਾ ਗਿਆ ਹੈ ਸਿਹਤ ਖੇਤਰ ਦੇ ਵਿੱਚ 11 ਫੀਸਦੀ ਵੱਧ ਬਜਟ ਰੱਖਿਆ ਗਿਆ ਹੈ ਵਿੱਤ ਮੰਤਰੀ ਨੇ ਦਾਅਵਾ ਕੀਤਾ ਕਿ ਪਿਛਲੇ ਸਾਲ ਉਹਨਾਂ ਦੀ ਸਰਕਾਰ ਨੇ ਰਿਕਾਰਡ ਤੋੜ ਟੈਕਸ ਵਸੂਲਿਆ ਪਰ ਇਸ ਦੇ ਬਾਵਜੂਦ ਵਿੱਤ ਮੰਤਰੀ ਵਿਧਾਨ ਸਭਾ ਦੇ ਵਿੱਚ ਇਹ ਨਹੀਂ ਦੱਸ ਸਕੇ ਕਿ ਜਿਸ ਵਾਦੇ ਨੇ ਉਹਨਾਂ ਨੂੰ 92 ਸੀਟਾਂ ਤੇ ਜਿੱਤ ਦਵਾਈ ਸੀ ਉਹ ਵਾਦਾ ਉਹ ਕਦੋਂ ਪੂਰਾ ਕਰਨਗੇ ਤੇ ਉਹ ਵੱਡਾ ਵਾਦਾ ਮੰਨਿਆ ਜਾ ਰਿਹਾ ਹੈ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਪੰਜਾਬ ਦੀਆਂ ਬੀਬੀਆਂ ਨੂੰ ਤੇ ਇਸ ਵਾਰ ਵੀ ਬਜਟ ਦੇ ਵਿੱਚ ਇਸ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ ਖਜ਼ਾਨਾ ਮੰਤਰੀ ਨੇ ਦੱਸਿਆ ਕਿ ਸਰਕਾਰ ਦੀਆਂ ਚੰਗੀਆਂ ਨੀਤੀਆਂ ਦੀ ਵਜ੍ਹਾ ਕਰਕੇ ਉਹਨਾਂ ਨੇ ਸੂਬੇ ਦਾ ਖਜ਼ਾਨਾ ਭਰ ਦਿੱਤਾ ਹੈ ਸਰਕਾਰ ਦੀ ਆਪਕਾਰੀ ਨੀਤੀ ਦੇ ذریعے ਇਸ ਵਾਰ 45% ਵੱਧ ਪੈਸਾ ਆਇਆ ਹੈ ਇਸ ਤੋਂ ਬਾਅਦ ਗੈਰ ਕਰ ਮਾਲੀਆ ਤੋਂ ਸਰਕਾਰ ਨੂੰ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 26% ਵੱਧ ਕਮਾਈ ਹੋਈ ਹੈ ਜੀਐਸਟੀ ਨੇ ਵੀ ਸਰਕਾਰ ਦਾ ਖਜ਼ਾਨਾ ਭਰਿਆ ਹੈ 23% ਵੱਧ ਪੈਸਾ ਮਿਲਿਆ ਹੈ ਮਕਾਨ ਰਿਕਾਰਡ ਤੋੜ ਖਰੀਦੇ ਤੇ ਵੇਚੇ ਗਏ ਨੇ ਜਿਸ ਦੀ ਵਜ੍ਹਾ ਕਰਕੇ ਸਟੈਂਪ ਅਤੇ ਸਟੈਂਪ ਡਿਊਟੀ ਤੇ ਰਜਿਸਟ੍ਰੇਸ਼ਨ ਤੋਂ ਸਰਕਾਰ ਦੇ ਖਜ਼ਾਨੇ ਨੂੰ 19% ਵੱਧ ਪੈਸਾ ਆਇਆ ਹੈ ਪੰਜਾਬ ਦੇ ਵਿੱਚ ਇਸ ਵਾਰੀ ਕਹਿੰਦੇ ਗੱਡੀਆਂ ਦੀ ਵਿਕਰੀ ਵੀ ਕਾਫੀ ਵਧੀ ਹੈ ਵਾਹਨਾ ਤੋਂ ਸਰਕਾਰ ਨੂੰ 12% ਵੱਧ ਕਮਾਈ ਹੋਈ ਹੈ ਇਸ ਕਮਾਈ ਤੋਂ ਇਛਾਤ ਸਰਕਾਰ ਨੇ ਜਨਤਨ ਤੇ ਕੋਈ ਨਵਾਂ ਟੈਕਸ ਤਾਂ ਨਹੀਂ ਲਾਇਆ ਪਰ ਇਹ ਨਹੀਂ ਦੱਸਿਆ ਕਿ ਉਹ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਕਦੋਂ ਪੂਰਾ ਕਰਨਗੇ ਵਿਰੋਧੀ ਧਿਰ ਵਾਰ-ਵਾਰ ਇਹ ਸਵਾਲ ਪੁੱਛਦੀ ਰਹੀ ਪਰ ਵਿੱਤ ਮੰਤਰੀ ਜੀ ਦੀ ਜ਼ੁਬਾਨ ਇਸ ਸਵਾਲ ਦੇ ਜਵਾਬ ਨੂੰ ਲੈ ਕੇ ਪੂਰੀ ਤਰ੍ਹਾਂ ਦੇ ਨਾਲ ਬੰਦ ਰਹੀ ਹੁਣ ਤੁਹਾਨੂੰ ਦੱਸਦੇ ਨੇ ਕਿ ਪੰਜਾਬ ਸਰਕਾਰ ਦੇ ਬਜਟ ਦੇ ਵਿੱਚ ਮੁੱਖ ਕੀ ਰਹਿ ਹੈ ਖਾਸ ਝਲਕੀਆਂ ਕਿਹੜੀਆਂ ਨੇ ਸਭ ਤੋਂ ਪਹਿਲਾਂ ਖੇਤੀ ਦੀ ਗੱਲ ਕਰਾਂਗੇ ਖੇਤੀ ਤੇ ਕਿਸਾਨ ਫਲਾਈ ਲਈ 13888 ਕਰੋੜ ਰੁਪਏ ਰੱਖਨੇ ਰੱਖੇ ਗਏ ਨੇ ਖੇਤੀ ਵਿਭਾਗ ਅੰਤਤਾ ਦੇ ਲਈ 1000 ਕਰੋੜ ਰੁਪਏ ਦੀ ਤਜਵੀਜ਼ ਬਿਜਲੀ ਸਬਸਿਡੀ ਦੇ ਲਈ 9331 ਕਰੋੜ ਰੁਪਏ ਰੱਖਨੇ ਰੱਖੇ ਗਏ ਨੇ ਯਾਨੀ ਕਿ ਇੱਕ ਇਹ ਵੀ ਗੱਲ ਤੁਹਾਨੂੰ ਦੱਸ ਦਿੰਦੇ ਆ ਕਿ ਜੋ ਖੇਤੀਬਾੜੀ ਮਹਿਕਮੇ ਦੇ ਵਿੱਚ ਯਾਨੀ ਕਿ ਖੇਤੀਬਾੜੀ ਖੇਤਰ ਦੇ ਵਿੱਚ ਕਿਸਾਨਾਂ ਦੇ ਲਈ ਪਹਿਲਾਂ ਤੋਂ ਸਬਸਿਡੀਆਂ ਸਨ ਉਹ ਸਾਰੀਆਂ ਉਸੇ ਤਰ੍ਹਾਂ ਜਾਰੀ ਰੱਖੀਆਂ ਗਈਆਂ ਨੇ ਕਿਸਾਨਾਂ ਦੇ ਲਈ ਮੁਫਤ ਬਿਜਲੀ ਜਾਰੀ ਰਹੇਗੀ ਝੋਨੇ ਦੀ ਬਜਾਈ ਤੇ ਮੂੰਗੀ ਦੀ ਸਿੱਧੀ ਖਰੀਦ ਦੇ ਲਈ 125 ਕਰੋੜ ਰੁਪਏ ਰੱਖੇ ਗਏ ਨੇ ਪਰਾਲੀ ਪ੍ਰਬੰਧਨ ਦੇ ਲਈ 350 ਕਰੋੜ ਰੁਪਏ ਬਾਗਵਾਨੀ ਵਿਭਾਗ ਦੇ ਲਈ 253 ਕਰੋੜ ਰੁਪਏ ਤੇ ਇੱਕ ਬੜੀ ਜਿਹੜੀ ਅਨੋਖੀ ਬੜੀ ਬੜੀ ਅਹਿਮ ਗੱਲ ਕੀਤੀ ਹੈ ਪੰਜਾਬ ਸਰਕਾਰ ਨੇ ਬਜਟ ਦੇ ਵਿੱਚ ਕਿ ਦੋ ਸਾਲਾਂ ਤੱਕ ਪੰਜਾਬ ਦੇ ਵਿੱਚ ਜਿਹੜੀ ਸੇਬ ਦੀ ਖੇਤੀ ਹੈ ਉਹ ਸ਼ੁਰੂ ਹੋ ਜਾਵੇਗੀ ਕਿਸਾਨਾਂ ਨੂੰ ਜਿਹੜੀ ਮੁਫਤ ਬਿਜਲੀ ਦੇਣ ਦੀ ਸਕੀਮ ਆ ਸਾਡੀ ਸਰਕਾਰ ਨੇ ਸਾਡੀ ਸਰਕਾਰ ਨੇ ਸਾਡੇ ਅੰਦਾ ਤਾ ਨੂੰ ਵਿੱਤੀ ਸਾਲ 2022-23 2022-23 ਵਿੱਚ 9064 ਕਰੋੜ ਰੁਪਏ ਦੀ ਜਿਹੜੀ 9064 ਕਰੋੜ ਰੁਪਏ ਦੀ ਮੁਫਤ ਬਿਜਲੀ ਪ੍ਰਦਾਨ ਕੀਤੀ ਹੈ ਸਰ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਸੇ ਸਹਾਇਤਾ ਨੂੰ ਜਾਰੀ ਰੱਖੂਗੀ ਸੋ ਸਰ ਮੈਂ ਇਸ ਵਿੱਤੀ ਸਾਲ 2023-24 ਲਈ ਇਸ ਉਦੇਸ਼ ਨੂੰ ਪੂਰਾ ਕਰਨ ਲਈ 9331 ਕਰੋੜ ਰੁਪਏ ਦੀ ਰਕਮ ਜੜੀਆ ਔਰ ਆਖਮਾ ਰੱਖਣ ਦੀ ਪ੍ਰਸਤਾਵ ਰੱਖਦਾ ਹਾਂ ਸਰ ਮੈਂ ਸਿੱਖਿਆ ਦੇ ਖੇਤਰ ਦੇ ਲਈ ਸਰਕਾਰ ਨੇ ਕੀ ਰੱਖਿਆ ਪੰਜਾਬ ਸਰਕਾਰ ਨੇ ਸਕੂਲ ਤੇ ਉੱਚ ਸਿੱਖਿਆ ਦੇ ਲਈ 1772 ਕਰੋੜ ਰੁਪਏ ਦੀ ਤਜਵੀਜ਼ ਰੱਖੀ ਹੈ ਜੋ ਪਿਛਲੇ ਸਾਲ ਨਾਲੋਂ 12% ਦੀ ਵਾਧਾ ਹੈ ਇਸ ਤੋਂ ਇਲਾਵਾ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਸੁਧਾਰ ਲਈ 615 ਕਰੋੜ ਰੁਪਏ ਰੱਖੇ ਗਏ ਨੇ ਜੋ ਪਿਛਲੇ ਸਾਲ ਨਾਲੋਂ ਲਗਭਗ 6% ਦੀ ਵਾਧਾ ਹੈ ਸਿੱਖਿਆ ਆਰਥਿਕ ਵਿਕਾਸ ਅਤੇ ਸਮਾਜਿਕ ਤਰੱਕੀ ਦਾ ਇੱਕੋ ਇੱਕ ਅੰਜਣਾ ਸਰ ਸਿੱਖਿਆ ਸਰ ਸਮਾਜਿਕ ਵਿਕਾਸ ਅਤੇ ਸਮਾਜਿਕ ਤਰੱਕੀ ਦਾ ਇੱਕੋ ਇੱਕ ਅੰਜਣਾ ਸਰ ਇਸ ਲਈ ਹਰ ਸਰਕਾਰ ਦਾ ਫਰਜ ਬਣਦਾ ਕਿ ਉਹ ਸਿੱਖਿਆ ਦੇ ਖੇਤਰ ਦੇ ਵਿੱਚ ਨਿਵੇਸ਼ ਕਰੇ ਮੈਂ ਸਕੂਲ ਅਤੇ ਸਰਮੈਨ ਸਕੂਲ ਅਤੇ ਹਰ ਐਜੂਕੇਸ਼ਨ ਦੇ ਲਈ ਸਕੂਲ ਅਤੇ ਹਰ ਐਜੂਕੇਸ਼ਨ ਦੇ ਲਈ 17000 17074 ਕਰੋੜ ਰੁਪਏ ਦੇ ਉਪਬੰਦੀ ਤਸਵੀਜ਼ ਰੱਖਦਾਗਾ ਸਰ ਜਿਹੜਾ ਕਿ ਪਿਛਲੇ ਸਾਲ ਦੇ ਮੁਕਾਬਲੇ 12% ਦੀ ਪਿਛਲੇ ਸਾਲ ਦੇ ਮੁਕਾਬਲੇ ਸਪੀਕਰ ਸਾਹਿਬ 12% ਦਾ ਇੱਕ ਵੱਡਾ ਵਾਅਦਾ ਸੀ ਸਿੱਖਿਆ ਦੇ ਐਜੂਕੇਸ਼ਨ ਦੇ ਬਜਟ ਦੇ ਵਿੱਚ ਇਸ ਸਾਲ ਕੀਤਾ ਗਿਆ ਖੇਡਾਂ ਦੀ ਗੱਲ ਕਰ ਲਈਏ ਤਾਂ ਬਜਟ ਪਿਛਲੇ ਸਾਲ ਨਾਲੋਂ 55% ਦੀ ਕਹਿੰਦੇ ਵਧਾ ਦਿੱਤਾ ਗਿਆ ਹੈ ਬੁਨਿਆਦੀ ਢਾਂਚੇ ਲਈ 258 ਕਰੋੜ ਰੁਪਏ ਦਾ ਬਜਟ ਹੈ ਕਿਹੜਾ ਦਾ ਸਮਾਨ ਖਰੀਦਣ ਲਈ 3 ਕਰੋੜ ਰੁਪਏ ਦੀ ਤਜਵੀਜ਼ ਹੈ ਇਸ ਤਰ੍ਹਾਂ ਸਿਹਤ ਦੀ ਜੇ ਗੱਲ ਕਰ ਲਈਏ ਕਿਉਂਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸਿਹਤ ਅਤੇ ਸਿੱਖਿਆ ਨੂੰ ਕਾਫੀ ਤਵੱਜੋ ਦੇਣ ਦਾ ਦਾਵਾ ਕਰਦੀ ਹੈ ਸਿਹਤ ਦੇ ਲਈ 4781 ਕਰੋੜ ਰੁਪਏ ਹੁਸ਼ਿਆਰਪੁਰ ਤੇ ਕਪੂਰਥਲਾ ਦੇ ਵਿੱਚ ਦੋ ਨਵੇਂ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ ਨਾ ਦੋਵਾਂ ਕਾਲਜਾਂ ਦੇ ਵਿੱਚ 100-100 ਐਮਬੀਬੀਐਸ ਦੀਆਂ ਸਰਕਾਰੀ ਸੀਟਾਂ ਹੋਣਗੀਆਂ ਦੋਵੇਂ ਮੈਡੀਕਲ ਕਾਲਜਾਂ ਲਈ ਕਰੰਮਬਾਰ 422 ਤੇ 412 ਕਰੋੜ ਰੁਪਏ ਬਜਟ ਚ ਰੱਖੇ ਗਏ ਨੇ ਫਾਜ਼ਲਕਾ ਦੇ ਵਿੱਚ ਕੈਂਸਰ ਕੇਅਰ ਯੂਨਿਟ ਰਚੇਤੀ ਸ਼ੁਰੂ ਹੋਵੇਗਾ ਮੈਡੀਕਲ ਸਿੱਖਿਆ ਤੇ ਖੋਜ ਲਈ 1015 ਕਰੋੜ ਰੁਪਏ ਰੱਖਵੇਂ ਨੇ ਆਮ ਆਦਮੀ ਕਲੀਨਿਕਾਂ ਦੇ ਲਈ ਬਜਟ ਵਿੱਚ ਕੁਝ ਨਹੀਂ ਰੱਖਿਆ ਗਿਆ ਸਿਹਤ ਕੇਂਦਰਾਂ ਦੀ ਮਜ਼ਬੂਤੀ ਦੇ ਲਈ 39 ਕਰੋੜ ਰੁਪਏ ਹੋਮੀ ਭਾਬਾ ਕੈਂసర్ ਸੈਂਟਰ ਲਈ 17 ਕਰੋੜ ਰੁਪਏ ਆਪ ਸਰਕਾਰ ਸਰ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਵਿੱਚ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ ਸਰ ਪਿਛਲੇ ਸਾਲ ਪਿਛਲੇ ਸਾਲ ਸਰ ਦਰਸਾਈ ਦਿਸ਼ਾ ਅਨਸਾਰ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਬੁਨਿਆਦੀ ਸਿਹਤ ਸਹੂਲਤਾਂ ਜਿਵੇਂ ਦਵਾਈਆਂ ਡਾਇਗਨੋਸਟਿਕਸ ਸਮਾਜ ਦੇ ਹਰੇਕ ਵਰਗ ਤੱਕ ਪਹੁੰਚ ਸਕਣ ਸਾਡਾ ਮੰਨਣਾ ਹੈ ਕਿ ਸਿਹਤਮੰਦ ਆਬਾਦੀ ਵਾਲਾ ਪੰਜਾਬ ਹੀ ਸਰ ਨਿਰੰਤਰ ਵਿਕਾਸ ਵੱਲ ਜਾ ਸਕਦਾ ਸਕਦਾ ਹੈ ਮੈਂ ਵਿੱਤੀ ਸਾਲ 2023-24 ਲਈ ਵਿੱਤੀ ਸਾਲ 2023-24 ਸਿਹਤ ਅਤੇ ਪਰਿਵਾਰ ਭਲਾਈ ਦੇ ਲਈ ਸਿਹਤ ਅਤੇ ਪਰਿਵਾਰ ਭਲਾਈ ਦੇ ਲਈ 4000 4781 ਕਰੋੜ ਰੁਪਏ 4781 ਕਰੋੜ ਰੁਪਏ ਦੇ ਬਜਟ ਦਾ ਵੰਦ ਕਰਨ ਦਾ ਪ੍ਰਸਤਾਵ ਰੱਖਦਾ ਹਾਂ ਸਰ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 11% ਦੀ ਸਰ ਵਾਧਾ 11% ਦੇ ਬਜਟ ਦੇ ਵਿੱਚ ਵਾਧਾ ਕੀਤਾ ਗਿਆ ਸਰ ਹੁਣ ਇੱਕ ਬੜਾ ਹੀ ਅਹਿਮ ਮੁੱਦਾ ਹੁੰਦਾ ਹੈ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਸੂਬੇ ਦੇ ਅਮਨ ਤੇ ਕਾਨੂੰਨ ਨੂੰ ਲੈ ਕੇ ਸਵਾਲ ਲਗਾਤਾਰ ਉੱਠਦੇ ਰਹਿੰਦੇ ਨੇ ਤੇ ਐਤ ਕੀ ਅਮਨ ਕਾਨੂੰਨ ਦੀ ਵਿਵਸਥਾ ਲਈ 10523 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਪਿਛਲੇ ਸਾਲ ਨਾਲੋਂ 11% ਵਧਾਇਆ ਗਿਆ ਪੁਲਿਸ ਦੇ ਨਵੇਂ ਉਪਕਰਨ ਜਿਹੜੇ ਨੇ ਉਹ ਲਏ ਜਾਣਗੇ ਬੁਨਿਆਦੀ ਢਾਂਚੇ ਦੇ ਲਈ 40 ਕਰੋੜ ਰੁਪਏ ਰੱਖਿਆ ਗਿਆ ਪੁਲਿਸ ਦੇ ਆਧੁਨਿਕ ਕਰਨ ਉੱਤੇ 64 ਕਰੋੜ ਰੁਪਏ ਲੱਗਣਗੇ ਸਰਹੱਦੇ ਨੇੜਲੇ ਪਿੰਡਾਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗਣਗੇ ਸਾਈਬਰ ਕ੍ਰਾਈਮ ਨਾਲ ਨਜਿੱਠਣ ਦੇ ਲਈ 30 ਕਰੋੜ ਰੁਪਏ ਦੀ ਤਜਵੀਜ਼ ਹੈ ਬਜਟ ਪੇਸ਼ ਹੋਣ ਤੋਂ ਬਾਅਦ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ 11 ਮਾਰਚ 2023 ਸਵੇਰੇ 10 ਵਜੇ ਤੱਕ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਯਾਨੀ ਕਿ ਸ਼ਨੀਚਰਵਾਰ ਨੂੰ ਬਜਟ ਸੈਸ਼ਨ ਫੇਰ ਜੁੜੇਗਾ ਵਿਧਾਨ ਸਭਾ ਦੇ ਵਿੱਚ ਬਜਟ ਤਕਰੀਰ ਤੋਂ ਬਾਅਦ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਤੇ ਇਹ ਵੀ ਦੱਸਦੇ ਯੇ ਕਿ ਉਹਨਾਂ ਨੇ ਬਜਟ ਦੀ ਸ਼ੁਰੂਆਤ ਭਗਤ ਰਵਿਦਾਸ ਜੀ ਦੇ ਵੱਲੋਂ ਲਿਖੀਆਂ ਉਚਾਰੀਆਂ ਗਈਆਂ ਤੁਕਾਂ ਦੇ ਨਾਲ ਕੀਤੀ ਸੋ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹਰਪਾਲ ਜੀ ਮਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਚੋਣਾਂ ਤੋਂ ਪਹਿਲਾਂ ਗਰੰਟੀ ਦਿੱਤੀ ਗਈ ਸੀ ਉਸ ਨੂੰ ਪੂਰਾ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਮੁਫਤ ਕੀਤੀ ਗਈ ਬਿਜਲੀ ਦੇ ਤਹਿਤ ਕਰੀਬ 90% ਲੋਕਾਂ ਨੂੰ ਬਿਜਲੀ ਦੇ ਬਿੱਲ 0% ਆਏ ਨੇ ਉਨਾ ਕਿਹਾ ਕਿ ਪਹਿਲੀ ਵਾਰੀ ਹੋਇਆ ਕਿ ਸਰਕਾਰ ਦੇ ਵੱਲੋਂ ਨਵੀਂ ਸਕੀਮ ਲਾਂਚ ਕੀਤੀ ਗਈ ਹੈ ਬਿੱਲ ਲਿਆਓ ਇਨਾਮ ਪਾਓ ਜੋ ਵੀ ਵਿਅਕਤੀ ਕਹਿੰਦੇ ਕੋਈ ਚੀਜ਼ ਖਰੀਦਦਾ ਹੈ ਤਾਂ ਉਸ ਦਾ ਬਿੱਲ ਲਿਆਂਦਾ ਜਾਵੇ ਤੇ ਪੰਜਾਬ ਸਰਕਾਰ ਦੇ ਵੱਲੋਂ ਲਿਆਂਦੀ ਤਜਵੀਜ਼ ਦੇ ਮੁਤਾਬਿਕ ਉਸ ਦਾ ਜਿਹੜਾ ਹੈਗਾ ਇਨਾਮ ਉਸ ਵਿਅਕਤੀ ਨੂੰ ਮਿਲੇਗਾ ਖਜ਼ਾਨਾ ਮੰਤਰੀ ਨੇ ਵਿਸਥਾਰ ਚੇ ਦੇ ਬਾਰੇ ਦੱਸਿਆ ਹੈ ਖਜ਼ਾਨਾ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਨੌਜਵਾਨਾਂ ਨੂੰ ਪੱਕੀਆਂ ਨੌਕਰੀਆਂ ਦੇਣ ਦੇ ਉਸ ਦੇ ਮਤਬਕ 26000 ਨੌਕਰੀਆਂ ਪੱਕੀਆਂ ਦੇ ਦਿੱਤੀਆਂ ਨੇ 100 ਤੋਂ ਵੱਧ ਮੁਹੱਲਾ ਕਲੀਨਿਕ ਖੋਲ ਦਿੱਤੇ ਨੇ ਜੀਵ ਨੇ ਕਿਹਾ ਕਿ ਕੋਈ ਵੀ ਨਵਾਂ ਟੈਕਸ ਲਾਏ ਤੋਂ ਬਿਨਾ ਪੰਜਾਬ ਅੰਦਰ ਇਹ ਬਜਟ ਪੇਸ਼ ਕੀਤਾ ਗਿਆ ਹੈ ਇਹ ਬਜਟ ਲੋਕ ਪੱਖੀ ਬਜਟ ਹੈ ਜਿੰਨੀਆਂ ਵੀ ਗਰੰਟੀਆਂ ਰਹਿੰਦੀਆਂ ਨੇ ਉਹਨਾਂ ਸਾਰੀਆਂ ਤੇ ਕਹਿੰਦੇ ਕੰਮ ਹੋ ਰਿਹਾ ਹੈ ਤੇ ਰਹਿੰਦੀਆਂ ਗਰੰਟੀਆਂ ਨੂੰ ਪੂਰਾ ਕੀਤਾ ਜਾਵੇਗਾ ਇਹ ਦਾਵਾ ਕੀਤਾ ਹੈ ਪੰਜਾਬ ਦੇ ਖਜ਼ਾਨਾ ਮੰਤਰੀ ਨੇ ਸ਼ੁਰੂਆਤ ਕਰ ਰਹੀ ਆ ਜਿੱਤਿਆਂ ਨੂੰ ਵੀ ਇੱਕ ਸਾਲ ਹੋ ਗਿਆ ਔਰ ਬਜਟ ਵੀ ਜਿਹੜਾ ਅੱਜ ਪੇਸ਼ ਕੀਤਾਗਾ ਦੂਜੇ ਸਾਲ ਦੀ ਸ਼ੁਰੂਆਤ ਹੋਈ ਆ ਸੋ ਬਗੈਰ ਕੋਈ ਟੈਕਸ ਲਾਏ ਬਗੈਰ ਕੋਈ ਨਮਾ ਟੈਕਸ ਲਾਏ ਪੰਜਾਬ ਦੇ ਲੋਕਾਂ ਦੇ ਉੱਤੇ ਨਾ ਪਹਿਲੇ ਵਾਰ ਸੈਸ਼ਨ ਦੇ ਦੌਰਾਨ ਨਾ ਦੂਜੇ ਵਾਰਟ ਦੇ ਅੰਦਰ ਇੱਕ ਵੀ ਨਮਾ ਟੈਕਸ ਲਾਏ ਤੋਂ ਬਿਨਾ ਪੰਜਾਬ ਦੇ ਅੰਦਰ ਅਸੀਂ ਜਿਹੜਾ ਹੈਗਾ ਇਹ ਬਜਟ ਪੇਸ਼ ਕੀਤਾਗਾ ਸੋ ਮੈਂ ਸਮਝਦਾ ਇਹ ਜਿਹੜਾ ਬਜਟ ਸੀਗਾ ਉਹ ਪੰਜਾਬ ਦਾ ਲੋਕ ਪੱਖੀ ਵਜਤਾਗਾ ਔਰ ਇਮਾਨਦਾਰੀ ਦੀ ਚਲਕ ਜਿਹੜੀ ਆ ਉਹ ਤੁਹਾਨੂੰ ਦੇਖਣ ਮਿਲੀ ਆ ਔਰ ਕਰਪਸ਼ਨ ਦੇ ਅਗੇਂਸਟ ਭ੍ਰਿਸ਼ਟਾਚਾਰ ਦੇ ਅਗੇਂਸਟ ਇਸੇ ਤਰ੍ਹਾਂ ਧੰਗ ਜਿਹੜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਅਧੀਨ ਲਗਾਤਾਰ ਜਾਰੀ ਰਹੂਗੀ ਔਰ ਕਰਪਸ਼ਨ ਨੂੰ ਜੜ ਤੋਂ ਖਤਮ ਕਰਾਂਗੇ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਰਾਜ ਜਿਹੜਾ ਉਹ ਸਥਾਪਿਤ ਕਰਨਾ ਇੱਕ ਰੰਗਲਾ ਪੰਜਾਬ ਬਣਾਉਣਾ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਬੀੜਾ ਚੁੱਕਿਆਗਾ ਉਹਨੂੰ ਅਸੀਂ ਪੂਰਾ ਕਰਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਬਜਟ ਪੇਸ਼ ਕੀਤੇ ਜਾਣ ਤੋਂ ਬਾਅਦ ਜ਼ਾਹਿਰ ਤੌਰ ਤੇ ਵਿਰੋਧੀ ਪਾਰਟੀਆਂ ਦੇ ਵੀ ਪ੍ਰतिकਰਮ ਆਏ ਨੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਪ੍ਰतिकਰਮ ਦਿੱਤਾ ਹੈ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਤੀਕਿਰਿਆ ਜਾਣ ਲੈਣੇ ਉਹਨਾਂ ਨੇ ਬਜਟ ਤੋਂ ਬਾਅਦ ਟਵੀਟ ਕੀਤਾ ਕਿ ਅੱਜ ਸਾਡੀ ਸਰਕਾਰ ਨੇ ਆਮ ਲੋਕਾਂ ਦਾ ਬਜਟ ਪੇਸ਼ ਕੀਤਾ ਜਿਸ ਵਿੱਚ ਲੋਕਾਂ ਤੇ ਕੋਈ ਵੀ ਨਵਾਂ ਟੈਕਸ ਨਹੀਂ ਲਾਇਆ ਗਿਆ ਹਰ ਵਰਗ ਸਮੇਤ ਸਿਹਤ ਸਿੱਖਿਆ ਖੇਤੀਬਾੜੀ ਰੋਜ਼ਗਾਰ ਤੇ ਵਪਾਰ ਦਾ ਬਜਟ ਦੇ ਵਿੱਚ ਕਹਿੰਦੇ ਖਾਸ ਧਿਆਨ ਰੱਖਿਆ ਗਿਆ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਲੋਕਪੱਖੀ ਬਜਟ ਬਣਾਉਣ ਦੇ ਲਈ ਮੈਂ ਵਧਾਈ ਦਿੰਦਾ ਹਾਂ ਸੋ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਰਕਾਰ ਦੀ ਤਾਰੀਫ ਕੀਤੀ ਐ ਇਸ ਬਜਟ ਨੂੰ ਬਹੁਤ ਵਧੀਆ ਦੱਸਿਆ ਹੈ ਉੱਤੇ ਹੀ ਵਿਰੋਧੀਆਂ ਨੇ ਸਵਾਲ ਚੁੱਕੇ ਨੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ 1000 ਵਾਲੀ ਸਕੀਮ ਤੇ ਸਵਾਲ ਚੁੱਕੇ ਨੇ ਕਿ 1000 ਰੁਪਇਆ ਹਰ ਮਿੰਨੇ ਔਰਤਾਂ ਨੂੰ ਦੇਣ ਦਾ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਤੇ ਇਸੇ ਵਾਅਦੇ ਨੇ ਰਾਤੋਂ ਰਾਤ ਪਾਰਟੀ ਦਾ ਗ੍ਰਾਫ ਉੱਚਾ ਚੁੱਕ ਦਿੱਤਾ ਸੀ ਪਰ ਇੱਕ ਸਾਲ ਬਾਅਦ ਵੀ ਦੂਸਰੇ ਬਜਟ ਦੇ ਵਿੱਚ ਵੀ ਵਿੱਤ ਮੰਤਰੀ ਨੇ ਇਸ ਦਾ ਜ਼ਿਕਰ ਤੱਕ ਨਹੀਂ ਦਿੱਤਾ ਜ਼ਿਕਰ ਤੱਕ ਨਹੀਂ ਕੀਤਾ ਕਹਿੰਦੇ ਇਹ ਵੀ ਨਹੀਂ ਦੱਸਿਆ ਕਿ ਇਸ ਕਦੋਂ ਸਰਕਾਰ ਇਹ ਵਾਅਦਾ ਪੂਰਾ ਕਰੇਗੀ ਕਹਿੰਦੇ ਇਹ ਔਰਤਾਂ ਦੇ ਨਾਲ ਧੋਖਾ ਹੈ ਪੰਜਾਬ ਦੀਆਂ ਬੀਬੀਆਂ ਦੇ ਨਾਲ ਧੋਖਾ ਹੈ ਜਿਨ੍ਹਾਂ ਨੇ ਭਰ ਭਰ ਕੇ ਆਮ ਆਦਮੀ ਪਾਰਟੀ ਨੂੰ ਐਸੇ ਵਾਅਦੇ ਕਰਕੇ ਵੋਟਾਂ ਪਾਈਆਂ ਸਨ ਪਰਤਾਪ ਬਾਜਵਾ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੇ 92 ਵਿਧਾਇਕ ਨੇ ਬਜਟ ਦੌਰਾਨ ਸਿਰਫ 40 ਵਿਧਾਇਕ ਹੀ ਮੌਜੂਦ ਰਹੇ ਅਜਿਹਾ ਕਿਉਂ 15 ਮੰਤਰੀਆਂ ਚੋਂ ਸਿਰਫ 8 ਮੰਤਰੀ ਹੀ ਸ਼ਾਮਲ ਰਹੇ ਮੁੱਖ ਮੰਤਰੀ ਵੀ ਸਿਰਫ ਥੋੜਾ ਸਮਾਂ ਹੀ ਬਜਟ ਦੌਰਾਨ ਰੁਕੇ ਕਹਿੰਦੇ ਐਨੇ ਵਿਧਾਇਕਾਂ ਦੇ ਵਿੱਚੋਂ ਸਿਰਫ 7 ਜਣਾਂ ਨੇ ਹੀ ਪੱਗਾਂ ਬੰਨੀਆਂ ਸਨ ਅਗਲੇ ਬਜਟ ਤੱਕ ਮੈਨੂੰ ਲੱਗਦਾ ਹੈ ਕਿ ਕੋਈ ਟਾਂਵੀਂ ਟਾਂਵੀਂ ਹੀ ਪੱਗ ਇੱਥੇ ਦਿਸੂਗੀ ਹੁਣ ਉਹ ਕਿੱਧਰ ਗਈਆਂ ਬਸੰਤੀ ਰੰਗ ਦੀਆਂ ਪੱਗਾਂ ਪੱਗਾਂ ਦੇ ਤਾਂ ਕਹਿੰਦੇ ਰੰਗ ਵੀ ਬਦਲ ਗਏ ਨੇ ਬਾਜਵਾ ਨੇ ਮਾਨ ਨੂੰ ਖੁਲੀ ਛਾਵਨੀ ਦਿੱਤੀ ਕਿ ਜਲੰਧਰ ਜ਼ਿਮਨੀ ਚੌ ਦੇਖੋ ਕਿੰਨੇ ਸੰਜੀਦਾ ਨੇ ਆਪ ਵਾਲੇ ਇਹਨਾਂ ਦੇ 92 ਐਮਐਲਏ ਵਿੱਚੋਂ ਹਾਊਸ ਦੇ ਵਿੱਚ ਕੱਲੇ 48 ਐਮਐਲਏ ਆਜਾ ਹਾਜ਼ਰ ਅੱਛਾ 92 ਦੇ ਵਿੱਚੋਂ 48 48 ਕਿਹੜੇ ਜੀ 50% 50% ਇਹਨਾਂ ਦੇ 14 ਪਰ 15 ਮੰਤਰੀਆਂ ਚੋਂ ਚੀਫ ਮਿਨਿਸਟਰ ਦੇ ਇਲਾਵਾ ਕੱਲੇ 8 ਮੌਜੂਦ ਸਰ ਉਹ ਵੀ ਅੱਧੇ ਅੱਧੇ ਉਹ ਵੀ ਅੱਧੇ ਚੀਫ ਮਿਨਿਸਟਰ ਜਨਾਚਰ ਵੀਰਪਾਲ ਸਿੰਘ ਚੀਮਾ ਬੋਲੇ ਨੇ ਕੋ 10 ਮਿੰਟ ਬੈਠੇ ਹੋਣ ਉਹ ਵੀ ਗੈਰ ਹਾਜ਼ਰ ਪੀੜੀਆਂ ਪੱਗਾ ਜਿਹੜੀਆਂ 92 ਸਨ ਅੱਜ ਮੈਂ ਗਿਣਤੀ ਵੇਖ ਲਿਆ ਤੁਸੀਂ ਪ੍ਰੈਸ ਵਾਲੇ ਭਰਾ ਫਿਰਦੇ ਹੋ ਸਾਰਿਆਂ ਨੇ ਹੌਲੀ ਹੌਲੀ ਪੱਗਾ ਦੇ ਰੰਗ ਵੀ ਬਦਲ ਲੈ ਤੇ ਭਗਵੰਤ ਸਿੰਘ ਮਾਨ ਦਾ ਉੱਠ ਕੇ ਜਾਣਾ ਮੇਰਾ ਖਿਆਲ ਪਤਾ ਨਹੀਂ ਤੁਸੀਂ ਕਲੋਜ਼ਲੀ ਸਟੱਡੀ ਕੀਤਾ ਕਿ ਨਹੀਂ ਉਹਨੇ ਤਿੰਨ ਵਾਰ ਇਸ਼ਾਰਾ ਕੀਤਾ ਕਿ ਜੋ ਬਜਟ ਪੜਿਆ ਜਾ ਰਿਹਾ ਉਹ ਜਿਹੜੇ ਡੈਸਕ ਨੇ ਉਹਨਾਂ ਨੂੰ ਥਪਤ ਪਾਉ ਜ਼ੋਰ ਦੇ ਨਾਲ ਕੋਈ ਬੰਦਾ ਤੌੜੀ ਮਾਰ ਕੇ ਜਾਂ ਡੈਸਕ ਨੂੰ ਥਪਤ ਪਾਉਣ ਨੂੰ ਤਿਆਰ ਨਹੀਂ ਸੀ ਇਸੇ ਗੱਲ ਕਰ ਇਸ ਗੁੱਸੇ ਵਿੱਚ ਇਸ ਮਯੂਸੀ ਦੇ ਵਿੱਚ ਭਗਵੰਤ ਮਾਨ ਉੱਠ ਕੇ ਆਪਣੇ ਦਫ਼ਤਰ ਚਲੇ ਆ ਆ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਮਾਨ ਸਰਕਾਰ ਕਹਿ ਰਹੀ ਹੈ ਕਿ ਇਹ ਪੇਪਰਲੈਸ ਬਜਟ ਹੈ ਤਾਂ ਫਿਰ ਬਜਟ ਦੀ ਕਿਤਾਬ ਕਿਉਂ ਛਪਵਾਈ ਗਈ ਬਜਟ ਦੇ ਵਿੱਚ ਔਰਤਾਂ ਦੇ ਲਈ 1000 ਰੁਪਏ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਇਸ ਤੇ ਰਾਜਾ ਵੜਿੰਗ ਨੇ ਵੀ ਸਵਾਲ ਚੁੱਕੇ ਤੁਸੀਂ ਆਲਰੇਡੀ ਇਹ ਕਾਤਾਬਾਂ ਛਪਾ ਰੱਖੀਆਂ ਬਜਟ ਦੀਆਂ ਤੇ ਸਾਨੂੰ ਦੇ ਦਿਓ ਇਹ ਸਾਨੂੰ ਪੁੱਛ ਕੇ ਦਿੱਤੀਆਂ ਗਈਆਂ ਨਹੀਂ ਤਾਂ ਇਹ ਰੱਦੀ ਸੜ ਦੇ ਨਹੀਂ ਅਸੀਂ ਬਾਤ ਸਾਰੇ ਦੀਆਂ ਸਾਰੀਆਂ ਕਹਿਨ ਦਾ ਭਾਵ ਕਿ ਜਨਤਾ ਨੂੰ ਵਿਖਾ ਰਿਹਾ ਕਿ ਇੱਥੇ ਪੇਪਰਲੈਸ ਬਜਟ ਪਿਛਲੀ ਪਿਛਲੇ ਮਹੀਨੇ ਦਾ ਹੋਇਆ 1 ਸਾਲ ਦਾ ਜੇ ਪੇਪਰਲੈਸ ਬਜਟ ਹੈ ਤਾਂ ਫਿਰ ਇਹ ਕਿਤਾਬ ਛਪਾਉਣ ਦੀ ਜ਼ਰੂਰਤ ਕੀ ਹੈ ਤੇ ਜੇ ਛਪਾਈ ਲਈ ਹੈ ਤਾਂ ਫਿਰ ਸਾਡੇ ਟੇਬਲ ਤੇ ਰੱਖਦੇ ਹੋ ਪੁੱਛਣ ਦੀ ਕੀ ਲੋੜ ਹੈ ਸੋ ਕਹਿਨ ਦਾ ਭਾਵ ਹਰ ਗੱਲ ਨੂੰ ਘੁਮਾ ਫਰਾ ਕੇ ਪੇਸ਼ ਕਰਨਾ ਇਸ ਸਰਕਾਰ ਦੀ ਆਦਤ ਹੈ ਬੀਜੇਪੀ ਨੇ ਤਾਂਚ ਕੱਸਿਆ ਪੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ ਪੰਜਾਬ ਸਰਕਾਰ ਨੇ ਕਹਿੰਦੇ ਬਜਟ ਦਾ ਉਹੀ ਹਾਲ ਕੀਤਾ ਹੈ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਜਟ ਨੂੰ ਨਾ ਉਮੀਦੀ ਵਾਲਾ ਦੱਸਿਆ ਤੇ ਦਾਵਾ ਕੀਤਾ ਕਿ ਪੰਜਾਬੀਆਂ ਦੇ ਵਿੱਚ ਪੰਜਾਬੀਆਂ ਦੇ ਲਈ ਇਸ ਬਜਟ ਦੇ ਵਿੱਚ ਕੁਝ ਵੀ ਨਹੀਂ ਹੈ ਇਹ ਬਜਟ ਆਮ ਲੋਕਾਂ ਦੀ ਸੋਚ ਸਮਝ ਤੋਂ ਬਿਲਕੁਲ ਬਾਹਰ ਹੈ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਖਜ਼ਾਨਾ ਸਾਬਕਾ ਖਜ਼ਾਨਾ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਝੂਠੇ ਵਾਅਦੇ ਕਰਕੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਵੀ ਲਾਇਆ ਪਹਿਲੀ ਨਜ਼ਰੇ ਦੇਖਣ ਤੇ ਹੀ ਕਹਿੰਦੇ ਪਤਾ ਲੱਗਦਾ ਕਿ ਸਰਕਾਰ ਨੇ ਆਪਣੀ ਆਮਦਨ ਦਾ ਜੋ ਦਾਵਾ ਕੀਤਾ ਸੀ ਉਸ ਤੋਂ ਕਿਤੇ ਘੱਟ ਆਮਦਨ ਅਸਲੀਅਤ ਦੇ ਵਿੱਚ ਹੋਈ ਹੈ ਆਮ ਲੋਕਾਂ ਦੇ ਨਾਲ ਪੈਨਸ਼ਨ ਸੰਬੰਧੀ ਜੋ ਕਹਿੰਦੇ ਵਾਅਦੇ ਕੀਤੇ ਸੀ ਤੇ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਉਹ ਵੀ ਸਰਕਾਰ ਪੂਰਾ ਨਹੀਂ ਕਰ ਸਕੀ ਹੈ ਔਰ ਜੋ ਚਲੋ ਉਹ ਉਹ ਅੱਜ ਦੀ ਬਜਟ ਦਾ ਨਹੀਂ ਉਹ ਕਿਸੇ ਪੋਲੀਟੀਕਲ ਹੈ ਕਿ ਜਿਹੜੇ ਜਿਹੜੇ ਇਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਵਾਅਦੇ ਕੀ ਕੀਤੇ ਸੀ ਕਿ ਅਸੀਂ ਮਾਈਨਿੰਗ ਪਾਲਿਸੀ ਬਣਾਵਾਂਗੇ ਉਹ ਨਹੀਂ ਬਣ ਸਕੀ ਲਿਕਰ ਕਾਰਪੋਰੇਸ਼ਨ ਬਣਾਵਾਂਗੇ ਉਹ ਨਹੀਂ ਬਣ ਸਕੀ ਮੰਡੀ ਬੋਰਡ ਜਿਹੜਾ ਹੈ ਉਹ ਡਿਫਾਲਟ ਕਰ ਗਿਆ ਹੈ ਬਿਜਲੀ ਬੋਰਡ ਡਿਫਾਲਟ ਦੇ ਕਿਨਾਰੇ ਪਿਆ ਹੈ ਡੀਏ ਦੇ ਏਰੀਆਸ ਕਹਿੰਦੇ ਸੀ ਦੇ ਦਾਂਗੇ ਉਹ ਨਹੀਂ ਦਿੱਤੇ ਇੱਕ ਪ੍ਰੋਬੇਸ਼ਨਰ ਜਿਹੜੇ ਪੰਜਾਬ ਸਰਕਾਰ ਰੱਖਦੀ ਸੀ 3 ਸਾਲ ਉਹਨਾਂ ਨੇ ਫਿਕਸ ਸੈਲਰੀ ਹੁੰਦੀ ਸੀ ਉਹ ਹਾਈ ਕੋਰਟ ਨੇ ਕਿਹਾ ਕਿ ਇਹਨਾਂ ਦੀ ਪ੍ਰੋਬੇਸ਼ਨ ਤੇ ਸੈਲਰੀ ਕੱਟ ਨਹੀਂ ਸਕਦੇ ਉਹ ਉਹ ਸਾਰੇ ਏਰੀਆਸ ਬਣੇ ਪਏ ਐ ਕਹਿੰਦੇ ਸੀ ਪੈਨਸ਼ਨ ਅਸੀਂ ਦੇਵਾਂਗੇ 2500 ਤੇ ਪੈਨਸ਼ਨ ਨਹੀਂ ਦਿੱਤੀ ਹਜ਼ਾਰ ਰੁਪਏ ਜਿਹੜੀਆਂ ਪੰਜਾਬ ਦੀਆਂ ਔਰਤਾਂ ਵਾਸਤੇ ਇਹਨਾਂ ਨੇ ਪ੍ਰੋਮਿਸ ਕੀਤਾ ਸੀ ਮਤਲਬ ਕੋਈ ਵੀ ਇੱਕ ਵੀ ਜਿਹੜੀ ਗਾਰੰਟੀ ਸੀ ਉਹ ਗਾਰੰਟੀ ਜਿਹੜੀ ਹੈ ਪੂਰੀ ਨਹੀਂ ਹੋਈ ਤੇ ਸਮੋਕੇ ਪੰਜਾਬ বিজেপি ਦੇ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਵੀ ਬਜਟ ਨੂੰ ਦਿਸ਼ਾਹੀਣ ਦੱਸਦਿਆਂ ਸਰਕਾਰ ਤੇ ਤਿੱਖੇ ਸਵਾਲ ਕੀਤੇ ਮੈਂ ਕੁੱਲ ਮਿਲਾ ਕੇ ਕਵਾਂਗਾ ਕਿ ਇਹਨਾਂ ਦਾ ਇਹਨਾਂ ਪੱਲੇ ਨਹੀਂ ਤੇਲਾ ਕਰਦੀ ਮੇਲਾ ਮੇਲਾ ਵਾਲਾ ਹਾਲ ਕੀਤਾ ਇਹਨਾਂ ਨੇ ਅੱਜ ਔਰ 89 ਅੰਦਰਨੀ ਆਗਿ ਤੇ 1.5 ਰੁਪਿਆ ਖਰਚਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਖਰਚਾ ਇਹਨਾਂ ਨੇ ਪਿਛਲੀ ਵਾਰ ਵੀ ਨਹੀਂ ਹੋਣਾ ਮੈਂ ਹੁਣੇ ਹੀ ਬਲ ਸਾਹਿਬ ਨੂੰ ਪੁੱਛ ਰਿਹਾ ਸੀ ਮੈਂ ਕਿਹਾ ਸਾਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਜੋ ਇਹਨਾਂ ਨੇ ਪਹਿਲੀ ਵਾਰ ਹੀ ਕਿਹਾ ਉਹਦੇ ਤੇ ਕੀ ਕੀਤਾ ਇਹਨਾਂ ਨੇ ਕਿੰਨੇ ਲੋਕਾਂ ਦਾ ਔਰ ਕੀਤਾ ਕੁੱਲ ਮਿਲਾ ਕੇ ਨਿਰਾਸ਼ਾਜਨਕ ਬਜਟ ਸੀ ਕਿਸਾਨ ਲਈ ਮਜ਼ਦੂਰ ਲਈ ਭੈਣ ਦੇ ਲਈ ਵਪਾਰੀ ਦੇ ਲਈ ਇਹਨਾਂ ਨੇ ਪੂਰੀ ਤਰ੍ਹਾਂ ਨਾਲ ਅੱਜ ਨਿਰਾਸ਼ਾ ਦਿੱਤੀ ਉਹਨਾਂ ਨੂੰ ਔਰ ਪੰਜਾਬ ਦੇ ਦੇ ਨਾਲ ਜਿਹੜੀਆਂ ਗੱਲਾਂ ਕਰਕੇ ਸਰਕਾਰਾਂ ਚਾਹੀ ਸੀ ਮੈਨੂੰ ਲੱਗਦਾ ਇਹ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ ਹਰ ਪੜਾਉ ਦੇ ਉਤੇ ਸਰਕਾਰ ਫੇਲ ਹੋ ਰਹੀ ਹੈ ਬੀਜੇਪੀ ਇਸ ਬਜਟ ਨੂੰ ਪੂਰੀ ਤਰ੍ਹਾਂ ਨਕਾਰਦੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਵੀ ਬਜਟ ਨੂੰ ਲੈ ਕੇ ਆਮ ਆਦਮੀ ਪਾਰਟੀ ਇਸ ਪਾਰਟੀ ਦੀ ਸਰਕਾਰ ਤੇ ਸਵਾਲ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਆਪ ਸਰਕਾਰ ਨੇ ਬਜਟ ਦੇ ਵਿੱਚ ਪੰਜਾਬੀਆਂ ਦੇ ਨਾਲ ਧੋਖਾ ਕੀਤਾ ਹੈ ਕਰਜ਼ਾ ਵਧ ਕੇ ਰਿਕਾਰਡ 347 ਲੱਖ ਕਰੋੜ ਰੁਪਏ ਹੋ ਗਿਆ ਸਰਕਾਰ ਦੇ ਸਾਰੇ ਵਰਗਾਂ ਦੇ ਨਾਲ ਕਹਿੰਦੇ ਧੋਖਾ ਹੋਇਆ ਭਾਵੇਂ ਉਹ ਕਿਸਾਨ ਹੋਣ ਔਰਤਾ ਨੌਜਵਾਨ ਅਨੁਸੂਚਿਤ ਜਾਤੀ ਜਾਂ ਫਿਰ ਸਨਅਤ ਕਹਿੰਦੇ ਸਭ ਨਾਲ ਧੋਖਾ ਹੋਇਆ ਹੈ ਸਰਕਾਰ ਕਹਿੰਦੇ ਪਿਛਲੇ ਬਜਟ ਦੇ ਟੀਚੇ ਦਾ 65% ਵੀ ਹਾਸਲ ਨਹੀਂ ਕਰ ਸਕੀ ਹੈ ਇਸ ਬੇਈਮਾਨ ਸਰਕਾਰ ਦਾ ਨਿਰਣਾ ਕਰਨ ਦੇ ਲਈ ਕਹਿੰਦੇ ਸਹੀ ਮਾਪਦੰਡ ਹੈ ਇਹ ਤਾਂ ਸਨ ਬਜਟ ਪੇਸ਼ ਕਰਨ ਤੋਂ ਬਾਅਦ ਤੇ ਪ੍ਰतिकਰਮ ਤੇ ਹੁਣ ਬਜਟ ਪੇਸ਼ ਕਰਨ ਤੋਂ ਪਹਿਲਾਂ ਵੀ ਕੁਝ ਰਿਐਕਸ਼ਨਸ ਆਏ ਸਨ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਨੇ ਕਿਹਾ ਸੀ ਕਿ ਪੰਜਾਬ ਚ ਹਰੇਕ ਮੈਗਮੇ ਦਾ ਬੁਰਾ ਹਾਲ ਹੈ ਕਹਿੰਦੇ ਮੇਰਾ ਸਵਾਲ ਹੈ ਕਿ ਪਿਛਲੇ 1 ਸਾਲ ਦੇ ਵਿੱਚ 135 ਕਰੋੜ ਰੁਪਏ ਆਏ 19865 ਕਰੋੜ ਰੁਪਏ ਕਿੱਥੇ ਚਲੇ ਗਏ ਕਿਰਪਾ ਕਰਕੇ ਉਹਦਾ ਹਿਸਾਬ ਦਿਓ ਬਾਜਵਾ ਨੇ ਵੀ ਪੁੱਛਿਆ ਕਿ ਨਵੀਂ ਐਕਸਰਸਾਈਜ਼ ਪਾਲਿਸੀ ਕਦੋਂ ਨਿਕਲੇਗੀ ਕਹਿੰਦੇ ਇੰਝ ਲੱਗ ਰਿਹਾ ਹੈ ਜਿਵੇਂ ਸਰਕਾਰ ਕਨਫਿਊਜ਼ਨ ਦੇ ਵਿੱਚ ਹੈ ਇਨਾਂ ਦਾ ਮਕਸਦ ਸੀ 1 ਸਾਲ ਦੇ ਵਿੱਚ 96000 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਪਰ ਹਾਲੇ ਤੱਕ ਤਾਂ ਕਹਿੰਦੇ 66000 ਕਰੋੜ ਰੁਪਏ ਹੀ ਇਕੱਠੇ ਹੋਏ ਨੇ 30000 ਕਰੋੜ ਦਾ ਸ਼ਾਰਟਫਾਲ ਹੈ ਤੇ ਇਹ ਸ਼ਾਰਟਫਾਲ ਨੂੰ ਕਿਵੇਂ ਪੂਰਾ ਕਰਨਗੇ ਇਹ ਵੱਡਾ ਸਵਾਲ ਹੈ ਬਜਟ ਤੋਂ ਪਹਿਲਾਂ ਰਾਜਾ ਵੜਿੰਗ ਨੇ ਸਰਕਾਰ ਨੂੰ ਔਰਤਾਂ ਨੂੰ 1000 ਰੁਪਏ ਦੀ ਗਰੰਟੀ ਜਿਹੜੀ ਦਿੱਤੀ ਗਈ ਸੀ ਉਸ ਨੂੰ ਪੂਰਾ ਕਰਨ ਲਈ ਕਿਹਾ ਤੇ ਦਾਵਾ ਕੀਤਾ ਕਿ ਬਜਟ ਦੇ ਵਿੱਚ ਕਿਸੇ ਨੂੰ ਕੋਈ ਰਾਹਤ ਨਹੀਂ ਮਿਲੇਗੀ ਜਦ ਕਿ ਆਮ ਆਦਮੀ ਪਾਰਟੀ ਨੇ ਆਪਣੇ ਬਜਟ ਦੀ ਜ਼ਾਹਿਰ ਤੌਰ ਤੇ ਤਾਰੀਫ ਕੀਤੀ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਜਾਣ ਤੋਂ ਪਹਿਲਾਂ ਬਜਟ ਪੇਸ਼ ਕਰਨ ਤੋਂ ਪਹਿਲਾਂ ਜਾਬੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਬਜਟ ਪੂਰੇ 1 ਸਾਲ ਦੇ ਲਈ ਹੈ ਜਿਹੜਾ ਕਿ ਪਹਿਲਾਂ ਵਾਲਾ ਬਜਟ ਸੀ ਉਹ 9 ਮਹੀਨੇ ਦੇ ਲਈ ਸੀ ਬਜਟ ਵਿੱਚ ਕਹਿੰਦੇ ਸਾਰੇ ਸੈਕਟਰਾਂ ਦਾ ਹਰ ਵਰਗ ਦਾ ਹਰ ਖੇਤਰ ਦਾ ਧਿਆਨ ਰੱਖਿਆ ਗਿਆ ਵਿਕਾਸ ਦਾ ਪੂਰਾ ਧਿਆਨ ਰੱਖਿਆ ਗਿਆ ਪ੍ਰਮਾਤਮਾ ਦੇ ਉਟਾਸਰੀ ਨਾਲ ਕਹਿੰਦੇ ਬਜਟ ਵਾਲੇ ਦਿਨ ਦੀ ਸ਼ੁਰੂਆਤ ਹੋਈ ਹੈ ਮંત્રી ਅਮਨ ਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਉੱਤੇ ਖਰਾ ਉਤਰੇਗੀ ਹਰ ਵਾਰ ਦੀ ਤਰ੍ਹਾਂ ਲੋਕਾਂ ਨੂੰ ਬਜਟ ਚੋਂ ਬਹੁਤ ਕੁਝ ਮਿਲੇਗਾ ਸਾਰੇ ਸੋਸ਼ਲ ਸੈਕਟਰਾਂ ਦਾ ਖਾਸ ਧਿਆਨ ਰੱਖਿਆ ਗਿਆ ਹੈ ਤੇ ਬਜਟ ਪੇਸ਼ ਕਰਨ ਵਾਲੇ ਦਿਨ ਵੀ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਲੀਡਰ ਅਮਰਿਤਪਾਲ ਸਿੰਘ ਨੂੰ ਲੈ ਕੇ ਸਿਆਸੀ ਤਰ੍ਹਾਂ ਆਹਮੋ ਸਾਹਮਣੇ ਹੁੰਦੀਆਂ ਰਹੀਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿੱਥੇ ਅਮਰਿਤਪਾਲ ਸਿੰਘ ਦੇ ਸਮਰਥਕਾਂ ਦੇ ਗਨ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ ਉੱਥੇ ਹੀ ਭਾਜਪਾ ਨੇ ਵੀ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਨੂੰ ਤੋੜਨ ਵਾਲਾ ਪੰਜਾਬ ਦਾ ਵਾਰਿਸ ਨਹੀਂ ਹੋ ਸਕਦਾ ਬਜਟ ਦੀ ਅਪਡੇਟ ਤੋਂ ਬਾਅਦ ਕੁਝ ਹੋਰ ਖਬਰਾਂ ਤੇ ਨਜ਼ਰ ਮਾਰ ਲਈਏ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਚੈਲੰਜ ਕੀਤਾ ਹੈ ਕਿ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਚੰਨੀ ਨੂੰ ਫੜਨਾ ਹੈ ਤੇ ਹੁਣ ਫੜ ਲਓ ਮੈਂ ਇੱਥੇ ਹਾਂ ਉਹਨਾਂ ਨੇ ਇੱਕ ਵੀਡੀਓ ਪੋਸਟ ਜਾਰੀ ਕਰਕੇ ਕਿਹਾ ਹੈ ਕਿ ਵਿਦੇਸ਼ ਦੇ ਵਿੱਚ ਭਗਤ ਰਵਿਦਾਸ ਜੀ ਨੂੰ ਲੈ ਕੇ ਕਰਵਾਏ ਇੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦਾ ਮੈਨੂੰ ਸੱਦਾ ਆਇਆ ਸੀ ਪਰ ਉਸ ਪ੍ਰੋਗਰਾਮ ਨੂੰ ਕਹਿੰਦੇ ਮੈਂ ਇਸ ਕਰਕੇ ਰੱਦ ਕਰ ਦਿੱਤਾ ਕਿਉਂਕਿ ਭਗਵੰਤ ਮਾਨ ਨੇ ਵਿਧਾਨ ਸਭਾ 'ਚ ਕਿਹਾ ਸੀ ਕਿ ਅਸੀਂ ਚੰਨੀ ਨੂੰ ਫੜਾਂਗੇ ਉਸਤੇ ਪਰਚਾ ਦਰਜ ਕਰਾਂਗੇ ਇਸ ਕਰਕੇ ਕਹਿੰਦੇ ਮੈਂ ਆਪਣੀ ਯਾਤਰਾ ਰੱਦ ਕਰ ਰਿਹਾ ਨਹੀਂ ਤਾਂ ਇਹਨਾਂ ਨੇ ਕਹਿਣਾ ਸੀ ਕਿ ਚੰਨੀ ਭੱਜ ਗਿਆ ਚੰਨੀ ਨੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਨਾ ਹੋਣ ਕਾਰਨ ਯੂਐਸ ਦੇ ਪ੍ਰਬੰਧਕਾਂ ਤੋਂ ਮਾਫੀ ਵੀ ਮੰਗੀ ਉਹਨਾਂ ਨੇ ਕਿਹਾ ਕਿ ਸਰਕਾਰ ਜੋ ਕਰਨਾ ਚਾਹੁੰਦੀ ਹੈ ਕਰ ਲਵੇ ਚੰਨੀ ਨੂੰ ਅਮਰੀਕਾ ਤੋਂ ਭਗਤ ਰਵਿਦਾਸ ਜਯੰਤੀ ਦੇ ਮੌਕੇ ਸੱਦਾ ਆਇਆ ਸੀ ਜਿਸ ਨੂੰ ਉਹਨਾਂ ਨੇ ਠੁਕਰਾ ਦਿੱਤਾ। ਬਹੁਤ ਤਰੀਕ ਨੂੰ ਅੱਜ ਮੇਰੀ ਫਲਾਈਟ ਸੀ ਪਰ 2 ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਵਿਧਾਨ ਸਭਾ ਦੇ ਵਿੱਚ ਐਨਾਨਸ ਕੀਤਾ ਕਿ ਜੀ ਅਸੀਂ ਚੰਨੀ ਨੂੰ ਫੜਨਾ ਹੈ, ਉਹਦੇ ਦੇ ਪਰਚਾ ਦਰਜ ਕਰਨਾ ਹੈ। ਇਸ ਕਰਕੇ ਮੈਂ ਆਪਣੀ ਜਿਹੜੀ ਯਾਤਰਾ ਉਹਨੂੰ ਕੈਨਸਲ ਕਰ ਰਿਹਾ ਕਿਉਂਕਿ ਨਹੀਂ ਫਿਰ ਇਹਨਾਂ ਨੇ ਕਹਿਣਾ ਸੀ ਉਹ ਭੱਜ ਗਿਆ। ਸੋ ਮੇਰੀ ਬੇਨਤੀ ਹੈ ਸੰਸਦਾਂ ਨੂੰ ਕਿ ਤੁਸੀਂ ਬਹੁਤ ਮੇਰੇ ਤੇ ਕਿਰਪਾ ਕੀਤੀ ਮੈਂ ਤੁਹਾਡੇ ਚਰਨਾਰੀ ਧੂੜ ਹੈ ਜਿਹੜਾ ਮੈਨੂੰ ਵੀ ਇਨਵਾਈਟ ਕੀਤਾ ਵੀਰਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਸੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲੈ ਕੇ ਮਾਨ ਸਰਕਾਰ ਦੇ ਦੋ ਮੰਤਰੀਆਂ ਵੱਲੋਂ ਦਿੱਤੇ ਬਿਆਨਾਂ ਨੂੰ ਲੈ ਕੇ ਪਿਤਾ ਬਲਕੌਰ ਸਿੰਘ ਕਾਫੀ ਨਰਾਜ਼ ਅਤੇ ਦੁਖੀ ਨਜ਼ਰ ਆ ਰਹੇ ਨੇ ਤੇ ਦੋ ਮੰਤਰੀਆਂ ਦੇ ਵਿੱਚੋਂ ਇੱਕ ਨੇ ਅਮਨ अरोड़ा ਤੇ ਦੂਸਰੇ ਗੁਰਮੀਤ ਸਿੰਘ ਮੀਤਿਆਰ ਬਲਕੌਰ ਸਿੰਘ ਨੇ ਦੁਖੀ ਮਨ ਦੇ ਨਾਲ ਮੰਤਰੀ ਅਮਨ अरोड़ा ਨੂੰ ਕਿਹਾ ਕਿ ਜੇ ਅਸੀਂ ਗਲਤੀ ਕੀਤੀ ਹੈ ਤਾਂ ਅਸੀਂ ਆਪਣਾ ਪੁੱਤ ਗਵਾ ਲਿਆ ਤੇ ਕੀ ਸਾਨੂੰ ਉਹਦੀ ਸਜ਼ਾ ਮਿਲ ਰਹੀ ਹੈ ਹੁਣ ਤੁਸੀਂ ਇੱਕ ਜ਼ਿੰਮੇਵਾਰ ਮੰਤਰੀ ਹੋ ਤੁਹਾਡੇ ਮੂੰਹੋਂ ਇਹ ਗੱਲ ਠੀਕ ਨਹੀਂ ਲੱਗਦੀ ਤੁਸੀਂ ਇਹ ਕਹਿ ਕੇ ਉਨੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟ ਸਕਦੇ ਦਰਸਲ ਅਮਨ अरोड़ा ਨੇ ਬਿਆਨ ਦਿੱਤਾ ਸੀ ਜਿਹੜਾ ਜਦੋਂ ਪ੍ਰਤਾਪ ਸਿੰਘ ਬਾਜਵਾ ਨੇ ਸੁਰੱਖਿਆ ਦੀ ਗੱਲ ਕੀਤੀ ਸੀ ਅਤੇ ਮੁੱਖ ਮੰਤਰੀ ਦੇ ਮੀਡੀਆਸ ਲਾਹ ਕਰ ਬਲਤੇਜ ਪੰਨੂ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਕਿ ਉਹਨਾਂ ਨੇ ਸੁਰੱਖਿਆ ਲੀਕ ਕੀਤੀ ਤਾਂ ਅਮਨ अरोड़ा ਨੇ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਜਾਂ ਬਿਆਨ ਦਿੱਤਾ ਸੀ ਬਹੁਤ ਹੀ ਹੈਰਾਨ ਕਰਨ ਵਾਲਾ ਬਿਆਨ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸੁਰੱਖਿਆ ਵਾਪਸ ਲਈ ਜਾਣ ਦੀ ਜਾਣਕਾਰੀ ਕਹਿੰਦੇ ਕਦੇ ਨਾ ਕਦੇ ਤਾਂ ਲੀਕ ਹੋਈ ਜਾਣੀ ਸੀ ਦੂਸਰਾ ਵੀ ਕਿਹਾ ਸੀ ਕਹਿੰਦੇ ਸੁਰੱਖਿਆ ਹਟਾਈ ਨਹੀਂ ਗਈ ਸੀ ਸੁਰੱਖਿਆ ਘਟਾਈ ਗਈ ਸੀ ਤੇ ਜਿਹੜੇ ਦੋ ਸੁਰੱਖਿਆ ਮਿਸੀ ਉਹਨਾਂ ਨੂੰ ਵੀ ਮੁਰਸੀ ਵਾਲਾ ਨਾਲ ਕਿਉਂ ਨਹੀਂ ਲੈ ਕੇ ਗਿਆ ਸੋ ਪਿਤਾ ਬਲਕੌਰ ਸਿੰਘ ਨੇ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਰ ਦੇ ਉਸ ਬਿਆਨ ਤੇ ਵੀ ਸਵਾਲ ਚੁੱਕੇ ਜਿਸ ਵਿੱਚ ਮੀਤ ਹੇਰ ਨੇ ਕਿਹਾ ਸੀ ਕਿ ਗੈਂਗਸਟਰ ਪਿਛਲੀਆਂ ਸਰਕਾਰਾਂ ਦੀ ਦੇਣ ਨੇ ਜਿਸ ਤੇ ਮੁਰਸੀ ਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਜੇਕਰ ਤੁਸੀਂ ਵੀ ਪੁਰਾਣੀ ਸਰਕਾਰ ਵਾਂਗੂ ਹੀ ਕਤਲ ਹੋਣ ਦੇਣੇ ਸਨ ਤਾਂ ਲੋਕਾਂ ਵੱਲੋਂ ਤੁਹਾਨੂੰ ਵੋਟਾਂ ਪਾਉਣ ਦਾ ਫਾਇਦਾ ਕੀ ਹੋਇਆ ਮਨਨ ਕਿ ਆ ਕਿ ਦੋਵੇਂ ਮੰਤਰੀਆਂ ਦਾ ਮੇਰੇ ਪੁੱਤ ਨੂੰ ਲੈ ਕੇ ਦਿੱਤਾ ਬਿਆਨ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਹੈ ਨਿੰਦਣਯੋਗ ਹੈ ਉਹਨਾਂ ਦਾ ਦਾਵਾ ਕੀਤਾ ਕਿ ਉਹ ਸਿੱਧੂ ਮੂਸੇਵਾਲੇ ਦੇ ਸਿੱਧੂ ਮੂਸੇਵਾਲੇ ਨੂੰ ਇਨਸਾਫ ਦਿਵਾਉਣ ਦੇ ਲਈ ਲੜਾਈ ਲੜਦੇ ਰਹੇ ਹਨ ਕਿ ਮੋਹਾਲੀ ਚੰਡੀਗੜ੍ਹ ਬਾਰਡਰ ਤੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਨੂੰ ਹਟਾਉਣ ਦੇ ਲਈ ਇਥੋਂ ਚੁਕਵਾਉਣ ਦੇ ਲਈ ਇੱਕ ਪਟੀਸ਼ਨ ਦਾਇਰ ਕੀਤੀ ਹੈ ਹਾਈ ਕੋਰਟ ਦੇ ਵਿੱਚ ਜਨ ਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ ਇਸ ਮੋਰਚੇ ਨੂੰ ਲੈ ਕੇ ਵੱਡੀ ਖਬਰ ਆਈ ਹੈ ਇਸ ਪਟੀਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਮੋਰਚੇ ਕਰਕੇ ਰਾਂ ਜਾਮ ਹੋ ਰਿਹਾ ਹੈ ਲੋਕਾਂ ਨੂੰ ਆਉਣ ਦੇ ਵਿੱਚ ਪਰੇਸ਼ਾਨੀ ਆਉਂਦੀ ਹੈ ਡਰਾਈਵ ਸੇਫ ਸੰਸਥਾ ਦੇ ਵੱਲੋਂ ਇਹ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾਈ ਗਈ ਹੈ ਜਿਸ ਤੇ ਅਦਾਲਤ ਨੇ ਸਖਤੀ ਨਾ ਅਸਖਤੀ ਦਾ ਇਸ਼ਾਰਾ ਕਰਦੇ ਹੋਏ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਤਾਂ ਸਰਕਾਰ ਦੇ ਵੱਲੋਂ ਸਮਾਂ ਮੰਗਣ ਤੇ 22 ਮਾਰਚ ਤੱਕ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਣ ਪੰਜਾਬ ਸਰਕਾਰ ਨੂੰ ਜਵਾਬ ਦਾਖਲ ਕਰਨ ਦਾ ਸਮਾਂ ਦੇ ਦਿੱਤਾ ਹੈ ਅਦਾਲਤ ਨੇ ਇਸ ਮਾਮਲੇ ਤੇ ਪੰਜਾਬ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਹੈ ਇਸ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਨੇ ਗੰਭੀਰਤਾ ਨਾਲ ਲੈਂਦਿਆਂ ਸਰਕਾਰ ਨੂੰ ਵੱਡਾ ਨਿਰਦੇਸ਼ ਜਾਰੀ ਕੀਤਾ ਹੈ ਪੰਜਾਬ ਸਰਕਾਰ ਨੇ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਸਾਡੀ ਮੋਰਚੇ ਦੇ ਆਗੂਆਂ ਦੇ ਨਾਲ ਗੱਲਬਾਤ ਚੱਲ ਰਹੀ ਹੈ ਤਾਂ ਅਦਾਲਤ ਨੇ ਕਿਹਾ ਕਿ ਤੁਸੀਂ ਗੱਲਬਾਤ ਦੇ ਜ਼ਰੀਏ ਮਾਮਲਾ ਹੱਲ ਕਰਨ ਦੀ ਕੋਸ਼ਿਸ਼ ਕਰੋ ਨਹੀਂ ਤਾਂ ਅਸੀਂ ਬੈਠੇ ਆਂ ਅਤੇ ਫਿਰ ਅਸੀਂ ਆਰਡਰ ਜਾਰੀ ਕਰਾਂਗੇ ਜੇ ਤੁਸੀਂ ਕੁਝ ਨਹੀਂ ਕਰ ਸਕਦੇ ਤੇ ਜਿਹੜਾ ਅਸੀਂ ਆਰਡਰ ਜਾਰੀ ਕਰਾਂਗੇ ਉਸ ਨੂੰ ਅਮਲ ਦੇ ਵਿੱਚ ਲਿਆਉਣਾ ਹੀ ਪਵੇਗਾ ਅਦਾਲਤ ਦੀ ਇਹ ਟਿੱਪਣੀ ਇਸ ਲਈ ਵੀ ਅਹਿਮ ਹੈ ਕਿਉਂਕਿ ਹਫਤਾ ਪਹਿਲਾਂ ਜਦੋਂ ਹਰਿਆਣਾ ਦੇ ਸਰਪੰਚਾਂ ਨੇ ਪੰਚਕੁਲਾ ਦੇ ਵਿੱਚ ਧਰਨਾ ਲਾ ਦਿੱਤਾ ਸੀ ਤਾਂ ਹਾਈ ਕੋਰਟ ਨੇ ਸਖਤ ਨਿਰਦੇਸ਼ ਜਾਰੀ ਕਰਦੇ ਹੋਏ ਪੁਲਿਸ ਨੂੰ ਕਿਹਾ ਸੀ ਕਿ ਉਹ ਰਾਤ 10 ਵਜੇ ਤੋਂ ਪਹਿਲਾਂ ਬਲਾਕ ਰੋਡ ਖੋਲ ਦੇਣਾ ਇਤ ਅਦਾਲਤ ਦੇ ਹੁਕਮਾਂ ਤੋਂ ਬਾਅਦ ਇਸ ਸੜਕ ਖਾਲੀ ਕਰਵਾਈ ਗਈ ਸੀ ਤੇ ਹੁਣ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ ਵੀ ਜੇ ਅਜਿਹੀ ਸਥਿਤੀ ਬਣਦੀ ਹੈ ਤਾਂ ਉਸ ਤੋਂ ਬਾਅਦ ਕੀ ਹਾਲਾਤ ਹੋਣਗੇ ਸ਼ਾਇਦ ਥੋੜੇ-ਬਹੁਤ ਸੰਕੇਤ ਆਪਾਂ ਸਮਝ ਸਕਦੇ ਹਾਂ ਭਾਰਤ ਦੇ ਵਿੱਚ ਇੱਕ ਨਵੀਂ ਬਿਮਾਰੀ ਇਨਫਲੂਐਂਜ਼ਾ A ਸਬਟਾਈਪ H3N2 ਕਾਰਨ ਪਹਿਲੀਆਂ ਦੋ ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ ਇਹ ਮਰਨ ਵਾਲੇ ਮਰੀਜ਼ ਕਰਨਾਟਕਾ ਤੇ ਹਰਿਆਣਾ ਦੇ ਰਹਿਣ ਵਾਲੇ ਨੇ ਇਸ ਤਰ੍ਹਾਂ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਛੋਟੇ ਬੱਚੇ ਤੇ ਪਹਿਲਾਂ ਤੋਂ ਬਿਮਾਰ ਬਜ਼ੁਰਗਾਂ ਨੂੰ ਇਸ ਮੌਸਮੀ ਫਲੂ ਦਾ ਆਪਦੇ ਰੇ ਖਤਰਾ ਹੈ ਮਾਰਚ ਦੇ ਅੰਤ ਤੱਕ ਮੌਸਮੀ ਫਲੂ ਦੇ ਕੇਸਾਂ ਵਿੱਚ ਕਮੀ ਆਉਣ ਦੀ ਉਮੀਦ ਹੈ ਅਤੇ H3N2 ਦੇ ਕੇਸਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਪਿਛਲੇ ਦਿਨੀ ਮਨੀਕਰਨ ਦੇ ਵਿੱਚ ਜੋ ਮਾਮਲੇ ਸਾਹਮਣੇ ਆਏ ਸਨ ਪੰਜਾਬ ਤੋਂ ਜਾਣ ਵਾਲੇ ਸ਼ਰਧਾਲੂਆਂ ਤੇ ਸਥਾਨਕ ਲੋਕਾਂ ਦੇ ਵਿਚਾਲੇ ਜੋ ਝੜਪਾਂ ਹੋਈਆਂ ਸਨ ਉਹਨਾਂ ਨੂੰ ਲੈ ਕੇ ਵੱਡੀ ਖਬਰ ਆਈ ਹੈ ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਕੁੱਲੂ ਜ਼ਿਲ੍ਹੇ ਦੇ ਮਨੀ ਕਰਨ ਦੇ ਵਿੱਚ ਆਉਣ ਵਾਲੇ ਪੰਜਾਬੀ ਜਿਹੜੇ ਸੈਲਾਨੀ ਸਨ ਉਹਨਾਂ ਤੇ ਗਾਜ ਸੁੱਟੀ ਗਈ ਹੈ ਅਦਾਲਤ ਦੇ ਹੁਕਮਾ ਮੁਤਾਬਿਕ ਪੰਜਾਬੀਆਂ ਦੇ ਵੱਲੋਂ ਸਥਾਨਿਕ ਲੋਕਾਂ ਦੀਆਂ ਦੁਕਾਨਾਂ ਘਰਾਂ ਤੇ ਕਾਰਾਂ ਦੀ ਭੰਨ ਤੋੜ ਕੀਤੀ ਗਈ ਸੀ ਤੇ ਇਸ ਦਾ ਹਾਈ ਕੋਰਟ ਨੇ ਸਖਤ ਨੋਟਿਸ ਲੈਂਦਿਆਂ ਸੂਬਾ ਸਰਕਾਰ ਤੋਂ ਜਾਂਚ ਰਿਪੋਰਟ ਮੰਗੀ ਹੈ ਮਾਮਲੇ ਦੀ ਅਗਲੀ ਸੁਣਵਾਈ 13 ਮਾਰਚ ਨੂੰ ਹੋਵੇਗੀ ਅਦਾਲਤ ਨੇ ਮਨਾਲੀ ਮਲੀਕਰਨ ਅਤੇ ਬਲਾਸਪੁਰ ਤੇ ਵਿੱਚ ਸੈਲਾਨੀਆਂ ਦੇ ਵੱਲੋਂ ਕੀਤੇ ਗਏ ਹੰਗਾਮੇ ਦੇ ਲਈ ਮੁਖ ਸਕੱਤਰ ਪ੍ਰਮੁਖ ਸਕੱਤਰ ਗ੍ਰਹਿ ਪੁਲਿਸ ਡਾਇਰੈਕਟਰ ਜਨਰਲ ਕੁਲੂ ਅਤੇ ਬਲਾ ਉਹਦੇ ਡਿਪਟੀ ਕਮਿਸ਼ਨਰਾਂ ਸਮੇਤ ਹੋਰਨਾਂ ਨੂੰ ਨੋਟਿਸ ਜਾਰੀ ਕੀਤਾ ਹੈ ਦਰਸਲ ਪਿਛਲੇ ਇੱਕ ਹਫਤੇ ਦੇ ਵਿੱਚ ਵਿੱਚ ਤਿੰਨ ਚਾਰ ਘਟਨਾਵਾਂ ਸਾਹਮਣੇ ਆਈਆਂ ਸਨ ਮਣੀ ਕਰਨ ਦੇ ਵਿੱਚ ਜਿਹੜੀ ਘਟਨਾ ਸੀ ਉਸ ਦਾ ਧਿਆਨ ਉਸ ਨੇ ਜਿਹੜਾ ਧਿਆਨ ਹੈ ਉਹ ਸਾਰਿਆਂ ਦਾ ਖਿੱਚਿਆ ਸੀ ਇਸ ਦੇ ਵਿੱਚ ਐਸਜੀਪੀਸੀ ਨੇ ਜਾਂ ਫਿਰ ਕੌਮੀ ਘਟਗੰਟੀ ਕਮਿਸ਼ਨ ਨੇ ਵੀ ਸੂਬਾ ਸਰਕਾਰ ਨੂੰ ਦਖਲ ਦੇਣ ਦੀ ਮੰਗ ਕੀਤੀ ਸੀ ਦਰਸਲ ਸ਼ਰਧਾਲੂ ਮੱਥਾ ਟੇਕਣ ਗਏ ਹੋਏ ਸਨ ਤੇ ਸਥਾਨਿਕ ਲੋਕਾਂ ਦੇ ਨਾਲ ਤੂੰ ਤੂੰ ਮੈਂ ਮੈਂ ਹੋ ਗਈ ਇਹ ਤੂੰ ਤੂੰ ਮੈਂ ਮੈਂ ਆਪਸੀ ਝੜਪ ਦੇ ਵਿੱਚ ਬਦਲ ਗਈ ਸੀ ਜਿਸ ਨੂੰ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਜ਼ਰੀਏ ਧਾਰਮਿਕ ਰੰਗਤ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਪੁਲਿਸ ਨੇ ਕਿਹਾ ਸੀ ਕਿ ਦੋਵਾਂ ਤਰਾਂ ਦੇ ਜਿਹੜੇ ਕੁਛ ਨੌਜਵਾਨ ਸਨ ਉਹਨਾਂ ਨੇ ਨਸ਼ਾ ਕੀਤਾ ਹੋਇਆ ਸੀ ਸ਼ਰਾਬ ਪੀਤੀ ਹੋਈ ਸੀ ਜਿਸ ਤੋਂ ਬਾਅਦ ਉਹਨਾਂ ਦੀ ਉਹਨਾਂ ਦੇ ਵਿੱਚ ਲੜਾਈ ਹੋ ਗਈ ਯਾਨੀ ਕਿ ਦੋਵੇਂ ਤਰਾਂ ਨੂੰ ਜ਼ਿੰਮੇਵਾਰ ਦੱਸਿਆ ਗਿਆ ਪੁਲਿਸ ਦੇ ਵੱਲੋਂ ਪਰ ਹੁਣ ਹਾਈ ਕੋਰਟ ਨੇ ਜਿਹੜੀ ਗਾਜ ਹੈ ਉਹ ਪੰਜਾਬ ਦੇ ਸਲਾਨੀਆ ਤੇ ਸੁੱਟੀ ਹੈ ਅਗਨੀਪਾਥ ਯੋਜਨਾ ਨੂੰ ਉਤਸ਼ਾਹਿਤ ਕਰਨ ਦੇ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਬੀਐਸਐਫ ਦੇ ਵਿੱਚ ਖਾਲੀ ਅਸਾਮੀਆਂ ਦੇ ਵਿੱਚ ਸਾਬਕਾ ਅਗਨੀਵੀਰਾਂ ਦੇ ਲਈ ਉੱਪਰਲੀ ਉਮਰ ਸੀਮਾ ਦੇ ਵਿੱਚ ਛੋਟ ਦੇ ਨਾਲ 10% ਦੀ ਰਾਖਵੇਂ ਕਰਨ ਦਾ ਐਲਾਨ ਕੀਤਾ ਐਲਾਨ 19 ਮਾਰਚ ਤੋਂ ਲਾਗੂ ਹੋਵੇਗਾ ਮੰਤਰਾਲੇ ਨੇ ਕਿਹਾ ਕਿ ਸਾਬਕਾ ਅਗਨੀਵੀਰਾਂ ਦੇ ਪਹਿਲੇ ਉਮਰ ਸੀਮਾ 5 ਸਾਲ ਤੱਕ ਉਤਲੀ ਉਮਰ ਸੀਮਾ ਦੇ ਵਿੱਚ 5 ਸਾਲ ਤੱਕ ਦੀ ਢਿਲ ਦਿੱਤੀ ਜਾਏਗੀ ਦੂਸਰੇ ਬੈਚ ਦੇ ਉਮੀਦਵਾਰਾਂ ਦੇ ਲਈ 3 ਸਾਲ ਤੱਕ ਦੀ ਢਿਲ ਦਿੱਤੀ ਜਾਏਗੀ ਸਾਬਕਾ ਅਗਨੀ ਵੀਰਾਂ ਨੂੰ ਸਰੀਰਕ ਕੁਸ਼ਲਤਾ ਟੈਸਟ ਤੋਂ ਵੀ ਛੋਟ ਦਿੱਤੀ ਜਾਵੇਗੀ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਕੈਤ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਿਸਾਨ ਅੰਦੋਲਨ ਤੋਂ ਵੱਖ ਨਾ ਹੋਣ ਦੀ ਸੂਰਤ ਦੇ ਵਿੱਚ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਪੁਲਿਸ ਨੇ ਥਾਣਾ ਪੌਰਾ ਕਲਾਂ ਦੇ ਵਿੱਚ ਮਾਮਲਾ ਦਰਜ ਕੀਤਾ ਹੈ। ਥਾਣਾ ਇੰਚਾਰਜ ਅਕਸ਼ੇਸ਼ ਸ਼ਰਮਾ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਕੈਤ ਦੇ ਪੁੱਤਰ ਗੌਰਵ ਟਕੈਤ ਨੇ ਸ਼ਿਕਾਇਤ ਦਰਜ ਕਰਵਾਈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸਨੂੰ ਫੋਨ ਕਰਕੇ ਧਮਕੀ ਦਿੱਤੀ ਕਿ ਜੇ ਰਾਕੇਸ਼ ਟਕੈਤ ਕਿਸਾਨ ਅੰਦੋਲਨ ਤੋਂ ਵੱਖ ਨਹੀਂ ਹੁੰਦੇ ਤਾਂ ਉਸ ਉਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਰਾਕੇਸ਼ ਟਿਕੈਤ ਅਤੇ ਗੌਰਵ ਟਿਕੈਤ ਨਵੇਂ ਭਰਾ ਨੇ ਅਤੇ ਨਰੇਸ਼ਟ ਕੈਦ ਦੇ ਪੁੱਤਰ ਨੇ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਸ਼੍ਰੇਣੀ ਦੇ ਅੰਗਰੇਜ਼ੀ ਵਿਸ਼ੇ ਦੀ ਮੁਲਤਵੀ ਕੀਤੀ ਪ੍ਰੀਖਿਆ ਲੈਣ ਦੇ ਲਈ ਹੁਣ ਨਵੀਂ ਤਾਰੀਖ ਜਾਰੀ ਕੀਤੀ ਹੈ। 24 ਫਰਵਰੀ ਨੂੰ ਹੋਣ ਵਾਲਾ ਅੰਗਰੇਜ਼ੀ ਦਾ ਪੇਪਰ ਹੁਣ 24 ਮਾਰਚ ਨੂੰ ਪਹਿਲਾਂ ਨਿਰਧਾਰਿਤ ਸਮੇਂ ਤੇ ਅਤੇ ਪ੍ਰੀਖਿਆ ਕੇਂਦਰਾਂ ਦੇ ਵਿੱਚ ਹੀ ਕਰਵਾਇਆ ਜਾਵੇਗਾ। ਗੁਰਮਤ ਸੰਗੀਤ ਵਿਸ਼ੇ ਦੀ ਪ੍ਰੀਖਿਆ ਵੀ ਹੁਣ ਪਹਿਲਾਂ ਵਾਲੀ ਤਾਰੀਖ 24 ਅਪ੍ਰੈਲ ਨੂੰ ਹੋਵੇਗੀ ਤੇ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਬੋਰਡ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅ website www.pscb.ac.in ਤੇ ਜਾਣਕਾਰੀ ਹੈ ਜਿਹੜੀ ਉਹ ਤੁਸੀਂ ਲੈ ਸਕਦੇ ਹੋ ਦਫਤਰ ਦਾ ਨੰਬਰ ਵੀ ਹੈ 0172522 7333 522733 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਵਰਕਿੰਗ ਡੇਸ ਦੇ ਵਿੱਚ ਵਰਕਿੰਗ ਆਵਰਸ ਦੇ ਵਿੱਚ ਤੁਸੀਂ ਸੰਪਰਕ ਕਰ ਸਕਦੇ ਹੋ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਸਟਾਪ న్యూਸ ਬੁਲੇਟਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਥੋੜੀ ਦੇਰ ਬਾਅਦ ਅਮਰਜੈਂਸੀ ਬੁਲੇਟਨ ਦੇ ਵਿੱਚ ਪੰਜਾਬ ਭਾਰਤ ਅਤੇ ਦੁਨੀਆ ਭਰ ਦੀਆਂ ਖਬਰਾਂ ਦੇ ਨਾਲ ਮਿਲਾਂਗੇ ਧੰਨਵਾਦ